ਹਾਲ ਪਾਤੇ ਸੀ ਮੈਨੂੰ ਵੀ ਹਾਲ ਪੈ ਗਏ ਸੀ ਮੇਰੇ ਘਰਦਿਆਂ ਨੂੰ ਹਾਲ ਪੈ ਗਏ ਸੀਗੇ ਹਾਂਜੀ ਬਾਜੀ ਹਾਈ 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 ਐਵਰੀਵਨ ਆਈਵ ਜਸਟ ਕਮ ਲਾਈਵ ਕਿਉਂਕਿ ਮੈਂ ਪਰੇਸ਼ਾਨ ਹੋ ਗਈ ਹਾਂ ਦੇਖੋ ਮੈਂ ਮੇਰਾ ਛੋਟਾ ਬ੍ਰਦਰ ਮੈਨੂੰ ਕਾਲ ਕਰ ਰਿਹਾ ਹੈ everyone's calling me since like pichla 1.5 ghanta has been so difficult for me mainu samajh nahi aa reha si meri id hack hoyi aa main login karan main digital wale bandeyan nu call karan which mainu bar bar call aa reha what happened meri mom nu call aa reha mere brother nu call aa reha theek hai meri nani is so affected ਮੈਨੂੰ ਨਹੀਂ ਪਤਾ ਕਿਹਨੇ ਹੈਕ ਕੀਤਾ ਸੀ ਪਰ ਜਿਹਨੇ ਵੀ ਹੈਕ ਕੀਤਾ ਸੀ ਨਾ ਦਿਸ ਇਜ਼ ਨੋਟ ਫਨੀ ਐਟ ਆਲ ਠੀਕ ਹੈ ਤੁਸੀਂ ਮਸਤੀ ਓਕੇ ਫਾਈਨ ਹੈਕ ਤੱਕ ਵੀ ਠੀਕ ਸੀਗਾ ਯਾਰ ਸਭ ਦੇ ਅਕਾਊਂਟ ਹੈਕ ਹੁੰਦੇ ਮੇਰਾ ਫੇਸਬੁੱਕ ਅਕਾਊਂਟ 2 ਸਾਲ ਤੋਂ ਹੈਕ ਪਿਆ ਦੋ ਪਤਾ ਨਹੀਂ 2.5 ਸਾਲ ਤੋਂ ਸਾਡੀ ਸਾਈਬਰ ਸੈੱਲ ਮਾਸ਼ਾਅੱਲਾ ਬਹੁਤ ਤੇਜ਼ ਹੈ ਕੁਛ ਨਹੀਂ ਕੀਤਾ ਹਲੇ ਤੱਕ ਅਤੇ ਆਈ ਕੁਡਨਟ ਗੈਟ ਮਾਈ ਫੇਸਬੁੱਕ ਅਕਾਊਂਟ ਮਾਈ ਫੇਸਬੁੱਕ ਪੇਜ ਬੈਕ ਮੈਂ ਫੇਸਬੁੱਕ 'ਤੇ ਨਵੀਂ ਆਈ ਡੀ ਨਹੀਂ ਬਣਾ ਪਾਉਂਦੀ ਕਿਉਂਕਿ ਉਹ ਮੈਨੂੰ ਕਹਿੰਦੇ ਮੈਂ ਨਿਕੀ ਢਿੱਲੋਂ ਦਾ ਨਾਂ ਯੂਜ਼ ਕਰਕੇ ਆਈ ਡੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਬਸ ਜਾ ਰਿਹਾ ਬਟ ਤੁਸੀਂ ਹੈਕ ਕਰਨ ਤੋਂ ਬਾਅਦ ਯੂਅਰ ਪੁਟਿੰਗ ਅਪ ਸਮਥਿੰਗ ਸੋ ਇਨਸੈਂਸੀਟਿਵ ਆਈ ਵਾਜ਼ ਸੋ ਕਨਫਿਊਜ਼ ਮੈਨੂੰ ਪਹਿਲਾ ਕਾਲ ਆਇਆ ਕਿਸੇ ਦਾ ਐਂਡ ਲਾਈਕ ਆਰ ਯੂ ਫਾਈਨ ਲਾਈਕ ਯਾ ਆਈ ਐਮ ਫਾਈਨ ਵਾਟ ਹੈਪਨ ਕੋਈ ਰਿਊਮਰ ਸੁਣਨ ਚਾਹੀ ਆ ਮੈਂ ਕਿਹਾ ਨਹੀਂ ਨਹੀਂ ਆਲ ਓਕੇ ਹੈ ਨਾ ਉਸ ਤੋਂ ਬਾਅਦ ਆਈ ਗੈਟ ਅਨਦਰ ਕਾਲ ਕਿ ਤੇਰੀ ਸਟੋਰੀ 'ਤੇ ਐਵੇਂ ਦਾ ਕੁਛ ਹੋ ਗਿਆ ਹੈ ਮੈਂ ਖੋਲਿਆ ਐਂਡ ਆਈ ਵਾਜ਼ ਲਾਈਕ ਮੈਨੂੰ ਇਨੀਸ਼ਲੀ ਤਾਂ ਰਿਐਕਟ ਵੀ ਨਹੀਂ ਕਰਨਾ ਸਮਝ ਆਇਆ ਮੈਂ ਕਿਵੇਂ ਰਿਐਕਟ ਕਰਾਂ ਲਾਈਕ ਹਾਊ ਡਿਡ ਦੈਟ ਪਰਸਨ ਇਵਨ ਗੋ ਐਂਡ ਡੂ ਦਿਸ ਹੈਕ ਕਰ ਲਓ ਤੁਸੀਂ ਹੁੰਦਾ ਇਟਸ ਅਨਐਥੀਕਲ ਬਟ ਓਕੇ ਫਾਈਨ ਤੁਸੀਂ ਹੈਕ ਕਰਦੇ ਹੋ ਤੁਸੀਂ ਪੇਜ ਵੇਚ ਦਿੰਦੇ ਹੋ ਆਰਟਿਸਟਸ ਦੀ ਇੰਨੀ ਮਿਹਨਤ ਹੁੰਦੀ ਹੈ ਜੋ ਤੁਸੀਂ 1 ਮਿੰਟ 'ਚ ਸਭ ਖਰਾਬ ਕਰ ਦਿੰਦੇ ਹੋ ਬਟ ਵੈਨ ਯੂ ਪੋਸਟ ਸਮਥਿੰਗ ਸੋ ਇਨਸੈਂਸੀਟਿਵ ਮਾਈ ਫੈਮਿਲੀ ਸੋ ਇਫੈਕਟਿਡ ਮਾਈ ਗ੍ਰੈਂਡ ਮੋਮ ਬਜ਼ੁਰਗ ਨੇ ਉਹ ਕਾਲ ਕਰਕੇ ਮੈਂ ਉਹਨਾਂ ਨਾਲ ਗੱਲ ਕਰ ਰਹੀ ਹਾਂ ਬਟ ਫਿਰ ਵੀ ਉਹ ਨੋਨ ਸਟੋਪ ਰੋ ਰਹੇ ਨੇ ਆਈ ਡੋਂਟ ਇਵਨ ਨੋ ਪਤਾ ਨਹੀਂ ਕੀ ਅਗਲੇ ਨੂੰ ਮਿਲ ਜੂਗਾ ਮੇਰਾ ਡੈਥ ਦਾ ਪਾ ਕੇ ਮਾਰੇਗੀ ਨਹੀਂ ਕੀਤ ਢਿੱਲੋਂ ਮੈਨੂੰ ਹਾਊ ਡੂ ਆਈ ਇਵਨ ਰਿਐਕਟ ਆਈ ਡੋਂਟ ਨੋ ਜਿਹਨੇ ਵੀ ਐਕ ਕੀਤਾ ਮੈਂ ਤਾਂ ਨਹੀਂ ਮਰਦੀ ਛੇਤੀ ਕਰ ਲਓ ਜਿੰਨੀਆਂ ਟਰਾਈਆਂ ਕਰਨੀਆਂ ਨੇ ਜਸਟ ਫੋਰ ਆਲ ਆਫ ਯੂ ਮੈਂ ਲਾਈਵ ਹੋਈ ਹਾਂ ਮੈਂ ਬਹੁਤ ਟਾਈਮ ਤੋਂ ਇਨਐਕਟਿਵ ਵੀ ਸੀਗੀ ਇੰਸਟਾਗ੍ਰਾਮ 'ਤੇ ਅਤੇ ਮੈਂ ਲਾਈਵ ਵੀ ਨਹੀਂ ਹੋਈ ਚਲੋ ਅੱਜ ਇਸ ਬਹਾਨੇ ਮੈਂ ਲਾਈਵ ਹੋ ਗਈ ਬਟ ਫੋਰ ਆਲ ਦੋਜ਼ ਜਿਨ੍ਹਾਂ ਨੇ ਆਊਟ ਆਫ ਕੰਸਰਨ ਮੈਨੂੰ ਕਾਲ ਕੀਤਾ ਟੈਕਸਟ ਕੀਤਾ ਮੇਰੇ ਘਰਦਿਆਂ ਨੂੰ ਕਾਲ ਕੀਤਾ ਥੈਂਕਸ ਫੋਰ ਆਲ ਦਾ ਲਵ ਬਟ ਆਈ ਡੋਂਟ ਨੋ ਹਾਊ ਟੂ ਐਕਸੈਪਟ ਦਿਸ ਐਟ ਦਿਸ ਪੁਆਇੰਟ ਕਿ ਅੱਛਾ ਮੇਰੇ ਮਰੇ 'ਤੇ ਇੰਨੇ ਲੋਕਾਂ ਨੇ ਫੋਨ ਕੀਤਾ ਬਟ ਮੈਂ ਨਹੀਂ ਮਰੀ ਮੈਂ ਜਿਉਂਦੀ ਹਾਂ ਐਂਡ ਜਿੰਨੀ ਛੇਤੀ ਮੇਰੀ ਮਰਨ ਦੀ ਖਬਰ ਸਭ ਨੇ ਸਪਰੈਡ ਕੀਤੀ ਆ ਪਲੀਜ਼ ਆ ਸਪਰੈਡ ਕਰ ਦਿਉ ਕਿ ਮੈਂ ਠੀਕ ਠਾਕ ਆ ਜਿਉਂਦੀ ਹਾਂ ਐਂਡ ਜਿਹਨੇ ਵੀ ਆ ਹੈਕ ਕਰਕੇ ਆ ਕੀਤਾ ਰੈਸਟ ਇਨ ਪੀਸ ਟੂ ਯੂ ਇਟਸ ਨੋਟ ਫਨੀ ਐਂਡ ਆਈ ਡੋਂਟ ਵਾਂਟ ਟੂ ਮੈਨੂੰ ਨਹੀਂ ਪਤਾ ਇਸ ਤੋਂ ਅੱਗੇ ਮੈਂ ਕੀ ਬੋਲਾਂ ਮੈਨੂੰ ਕੁਛ ਸਮਝ ਨਹੀਂ ਆ ਰਿਹਾ ਬਟ ਉਹ ਇਹ ਗੱਲਾਂ ਬਸ ਗੱਲਾਂ ਬਣ ਕੇ ਰਹਿ ਜਾਣੀਆਂ ਤੁਸੀਂ ਆਪਣੇ ਕੰਮ 'ਤੇ ਫੋਕਸ ਕਰੋ ਨਹੀਂ ਓਬਵੀਅਸਲੀ ਆ ਗੱਲਾਂ ਬਣ ਕੇ ਰਹਿ ਜਾਣੀਆਂ ਨੇ ਐਂਡ ਇਟਸ ਨੋਟ ਗੋਇੰਗ ਟੂ ਇਫੈਕਟ ਮੀ ਔਰ ਮਾਈ ਵਰਕ ਔਰ ਐਨੀਥਿੰਗ ਬਟ ਦ ਥਿੰਗ ਇਜ਼ ਵੀ ਹੈਵ ਅ ਫੈਮਲੀ ਦੈਟ ਗੈਟਸ ਇਫੈਕਟਿਡ ਮਾਈ ਮੋਮ ਵਾਜ਼ ਵਿਦ ਮੀ ਤਾਂ ਸ਼ਾਇਦ ਮਾਈ ਮੋਮ ਵਾਜ਼ ਨੋਰਮਲ ਨੋਰਮਲੀ ਮੈਂ ਬੋਂਬੇ ਹੁੰਦੀ ਹਾਂ ਜੇ ਆਹ ਚੀਜ਼ ਮੋਮ ਨੂੰ ਐਵੇਂ ਪਤਾ ਚੱਲੀ ਹੁੰਦੀ ਮੇਰੀ ਮੋਮ ਵੈਸੇ ਠੀਕ ਨਹੀਂ ਰਹਿੰਦੀ ਆਈ ਜਸਟ ਡੋਂਟ ਨੋ ਉਹਨਾਂ ਦਾ ਕੀ ਹਾਲ ਹੁੰਦਾ ਮੇਰੀ ਨਾਨੀ ਨਾਲ ਮੈਂ ਵੀਡੀਓ ਕਾਲ ਕਰ ਲਈ ਸਭ ਕੁਛ ਕਰ ਲਿਆ ਬਟ ਸਟਿਲ ਸ਼ੀ ਇਜ਼ ਸੋ ਇਫੈਕਟਿਡ ਡੋਂਟ ਕੋਂਸਟੈਂਟਲੀ ਰੋ ਰਹੇ ਨੇ ਇਟਸ ਨੋਟ ਫਨੀ ਗਾਈਜ਼ ਇਟਸ ਨੋਟ ਫਨੀ ਓਕੇ ਸੋ ਆਈ ਡੋਂਟ ਟੇਕ ਅ ਲੋਟ ਆਫ ਟਾਈਮ
मैं जस्ट आ दसण आई सी कि मैं जाउंदी आ, मैं ठीक ठाक हाँ, ते जी ने भी आहा कीता है, गॉड ब्लेस यू, रेस्ट इन पीस, इट्स नॉट फनी ते ना ही कोई बहादुरी वाला काम कीता है तुसी, बट हाँ मैनू बहुत खिच चढ़ रही है कि मेरे अगे वो बंदा आ जाए तो मैं चपेड़ा लाला मारता. Hey guys, bye and love you. ये बंद कहाँ से होता है?